Guru, Vai, 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 Iko Ankar Satnam Karta Purkh Nirpao Nirvair Akal Murat Ajuni Saipam Gurprasad ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਈ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਤਨਾਮ ਵਾਹਿਗੁਰੂ ਜੀ ਮਹੱਲਾ ਪੰਜਵਾਂ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨ ਪਾਇਨ ਬੰਦ ਜਿੱਚਰ ਪਹਿਨਣ ਖਾਵਨੇ ਟਿੱਚਰ ਰੱਖਣ ਗੰਢ ਜਿੱਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ ਜੇ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨ ਚੱਲਈ ਚਿੱਕੜ ਪੱਥਰ ਬੰਦ ਅੰਧੇ ਆਪ ਨ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹਿ ਲਪਟਾਇਆ ਹੋਂ ਹੋਂ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸ਼ਰਨ ਪਰੇ ਪੌੜੀ ਜੋਰ ਤੇ ਦੀਦਾਰ ਸੇ ਸੱਚ ਹਾਕ ਜਿੰਨੀ ਜਾਤਾ ਖਸਮ ਕਿਉਂ ਲੱਭੈ ਤਿੰਨਾ ਖਾਕ ਮਨ ਮੈਲਾ ਵਿਕਾਰ ਹੋਵੇ ਮਨ ਮੈਲਾ ਵਿਕਾਰ ਹੋਵੇ ਸੰਗ ਪਾਪਕ ਦਿਸੈ ਸੱਚਾ ਮਹਿਲ ਖੁੱਲੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਜ਼ਰ ਝਾਕ ਨੌ ਨਿਦ ਨਾਮ ਨਿਧਾਨ
ਗੁਰ ਕਾ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਸ ਪਾਕ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਦੀ ਉਚਾਰੀ ਹੋਈ ਪਾਵਨ ਵਾਰ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਇਹ ਪੰਜਵੀਂ ਪੌੜੀ ਦੇ ਨਾਲ ਜੋ ਦੂਜਾ ਸਲੋਕ ਹੈ ਅਤੇ ਪੌੜੀ ਦੋਨਾਂ ਦਾ ਹੀ ਪਾਠ ਆਪਾਂ ਸਰਵਣ ਕੀਤਾ ਹੈ। ਪਹਿਲੇ ਸਲੋਕ ਦੇ ਰਾਹੀਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਪਾਵਨ ਉਪਦੇਸ਼ ਕਿ ਜਿਨ੍ਹਾਂ ਦੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ ਉਹ ਇੱਕ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਅਤੇ ਉਸਦੇ ਸਰੂਪ ਉਸਦੇ ਹੀ ਰੂਪ ਗੁਰੂ ਦੇ ਨਾਲ ਪਿਆਰ ਪਾ ਲੈਂਦੇ ਹਨ। ਉਹਨਾਂ ਵਾਸਤੇ ਗੁਰੂ ਪਰਮੇਸ਼ੁਰ ਹੀ ਸੱਜਣ ਹੈ, ਰਿਸ਼ਤੇਦਾਰ ਹੈ, ਮਿੱਤਰ ਹੈ। ਅਜਿਹਾ ਇਹ ਸੱਜਣ ਹੈ ਗੁਰੂ ਪਰਮੇਸ਼ੁਰ ਜੋ ਹੈ ਕਿ ਕਦੇ ਵੀ ਇਹ ਸਾਡੀ ਕੋਈ ਜੇ ਮਾੜੀ ਵੀ ਹਰਕਤ ਵੇਖ ਲਵੇ ਤਾਂ ਗੁੱਸੇ ਨਹੀਂ ਹੁੰਦਾ, ਸਮਝਾਉਂਦਾ ਜ਼ਰੂਰ ਹੈ ਮਾਂ ਪਿਓ ਵਾਂਗ, ਸਾਡੇ ਦਿਲਾਂ ਦੀਆਂ ਜਾਣਦਾ ਹੈ। ਜਿਹਦੇ ਅੰਦਰ ਪਿਆਰ ਹੈ ਉਸ ਦੀ ਗੱਲ ਨੂੰ ਮੋੜਦਾ ਵੀ ਨਹੀਂ ਹੈ। ਸਰਵ ਕਲਾ ਸਮਰੱਥ ਹੈ, ਸਭ ਕੁਛ ਕਰ ਸਕਦਾ ਹੈ, ਉਹ ਸਾਰਿਆਂ ਦਾ ਦਾਤਾ ਹੈ, ਸਗੋਂ ਦਾਤਿਆਂ ਦਾ ਵੀ ਦਾਤਾ ਹੈ, ਦਾਤਿਆਂ ਨੂੰ ਵੀ ਉਹ ਹੀ ਦਿੰਦਾ ਹੈ। ਸੋ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਅਜਿਹਾ ਸਮਰੱਥ ਪਰਮੇਸ਼ੁਰ ਜੋ ਹੈ ਉਸਦੀ ਟੇਕ ਮਿਲਦੀ, ਆਸਰਾ ਮਿਲਦਾ ਹੈ। ਪਰਮੇਸ਼ੁਰ ਰਹਿਮਤ ਕਰਕੇ ਉਹਨਾਂ ਦੇ ਮਸਤਕ ਉੱਤੇ ਹੱਥ ਧਰਦਾ ਹੈ। ਪੂਰੇ ਜਗ ਗੁਰੂ ਦੇ ਨਾਲ ਉਸਦਾ ਫਿਰ ਮਿਲਾਪ ਬਣਾ ਕੇ ਰੱਖਦਾ ਹੈ, ਜਿਸ ਦਾ ਸਦਕਾ ਉਹ ਆਪ ਵੀ ਤਰ ਜਾਂਦਾ ਹੈ, ਉਸਦੇ ਸੰਗੀ ਵੀ ਤਰ ਜਾਂਦੇ ਹਨ। ਅਜਿਹੇ ਜਨਾਂ ਦੀਆਂ ਸਾਰੀਆਂ ਹੀ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ। ਇਹ ਪਾਵਨ ਉਪਦੇਸ਼ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ, ਅੱਜ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। ਮਹੱਲਾ ਪੰਜਵਾਂ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਗਣ ਬੰਦ। ਇੱਕ ਪਾਸੇ ਗੁਰਮੁਖ ਹੈ, ਦੂਸਰੇ ਪਾਸੇ ਮਨਮੁੱਖ ਹੈ। ਵਾਹਿਗੁਰੂ ਪਰਮੇਸ਼ੁਰ ਨੇ ਜਿੰਨੀ ਰਚਨਾ ਰਚੀ ਹੈ ਇਸਦੇ ਸਾਰੇ ਸ੍ਰਿਸ਼ਟੀ ਦੇ ਵਿੱਚ ਦੋ ਪੱਖ ਹਨ, ਜਿਵੇਂ ਰਾਤ ਹੈ ਚਾਨਣ ਵੀ ਹੈ, ਦਿਨ ਹੈ ਤਾਂ ਰਾਤ ਹੈ, ਦੁੱਖ ਹੈ ਤਾਂ ਸੁੱਖ ਹੈ, ਖੁਸ਼ੀ ਹੈ ਤਾਂ ਗਮੀ ਹੈ, ਇਸੇ ਤਰ੍ਹਾਂ ਗਰੀਬੀ ਹੈ ਤਾਂ ਨਾਲ ਹੀ ਅਮੀਰੀ ਵੀ ਹੈ। ਹਰ ਚੀਜ਼ ਦੇ ਦੋ ਪੱਖ ਹਨ। ਮਨਮੁੱਖ ਜਿਹੜੇ ਹਨ ਇਹ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੇਵਲ ਮਾਇਆ ਨਾਲ ਹੀ ਪਿਆਰ ਹੈ, ਰੱਬ ਦੀ ਪੈਦਾ ਕੀਤੀ ਜਿਹੜੀ ਮਾਇਆ ਹੈ ਇਹੀ ਉਹਨਾਂ ਵਾਸਤੇ ਸਭ ਕੁਛ ਹੈ, ਇਹੀ ਉਹਨਾਂ ਦਾ ਰਿਸ਼ਤੇਦਾਰ ਹੈ, ਇਹੀ ਉਹਨਾਂ ਦਾ ਮਿੱਤਰ ਹੈ, ਇਹੀ ਉਹਨਾਂ ਦਾ ਮਾਂ ਪਿਓ ਹੈ, ਇਹੀ ਉਹਨਾਂ ਦਾ ਇਸ਼ਕ ਹੈ, ਉਹਨਾਂ ਦਾ ਰੱਬ ਵੀ ਮਾਇਆ ਹੀ ਹੈ, ਇਸੇ ਦੀ ਹੀ ਉਹ ਪੂਜਾ ਕਰਦੇ। ਔਰ ਸੰਸਾਰ ਦੇ ਵਿੱਚ ਅਜਿਹੇ ਲੋਕ ਜਿਹੜੇ ਹਨ ਹਮੇਸ਼ਾ ਹੀ ਧੋਖਾ ਹੀ ਦਿੰਦੇ ਹਨ, ਆਪ ਵੀ ਧੋਖੇ ਵਿੱਚ ਰਹਿੰਦੇ ਹਨ, ਦੂਜਿਆਂ ਨੂੰ ਵੀ ਧੋਖਾ ਦਿੰਦੇ ਹਨ। ਗੁਰਮੁਖ ਕੌਣ ਹਨ? ਜਿਹੜੇ ਗੁਰੂ ਦੇ ਸਨਮੁੱਖ ਰਹਿੰਦੇ ਹਨ। ਉਹ ਵੀ ਮਹਾਰਾਜ ਨੇ ਪੌੜੀ ਵਿੱਚ ਸਮਝਾ ਦਿੱਤੀ ਸਾਰੀ ਗੱਲ ਕਿ ਅਜਿਹੇ ਰੱਬ ਦੇ ਪਿਆਰਿਆਂ ਦੇ ਚੜ੍ਹਨ ਦੀ ਧੋੜ ਭਾਗਾਂ ਨਾਲ ਮਿਲਦੀ ਹੈ, ਉਹਨਾਂ ਨਾਲ ਜੁੜਿਆ ਹੋਇਆ ਸੰਬੰਧ ਕਦੇ ਟੁੱਟਦਾ ਨਹੀਂ ਹੈ, ਕਿਉਂਕਿ ਵਿੱਚ ਖੁਦਗਰਜੀ ਨਹੀਂ ਹੈ। ਮਹਾਰਾਜ ਕਹਿੰਦੇ ਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿਹੜੀ ਮਨਮੁੱਖਾਂ ਦੇ ਨਾਲ ਦੋਸਤੀ ਹੈ ਨਾ, ਇਹਦੇ ਵਿੱਚ ਜਿਹੜਾ ਸੰਬੰਧ ਹੈ ਉਹ ਮਾਇਆ ਕਰਕੇ ਹੈ। ਇੱਕ ਦੂਜੇ ਦੇ ਕੋਲੋਂ ਕੋਈ ਫਾਇਦਾ ਉਠਾਉਣਾ ਹੈ, ਇਹ ਦੋਸਤੀ ਇਹ ਹੈ ਮਨਮੁੱਖਾਂ ਦੀ। ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ।
ਮੌਕਾ ਵੇਖਦੇ ਹਨ, ਜਦੋਂ ਉਹਨਾਂ ਦਾ ਕੰਮ ਸਰ ਜਾਂਦਾ ਹੈ ਦੌੜ ਜਾਂਦੇ ਹਨ, ਫਿਰ ਕਦੇ ਰੁਕਦੇ ਹੀ ਨਹੀਂ। ਕਿੰਨੀਆਂ ਆਵਾਜ਼ਾਂ ਮਾਰੀ ਜਾਓ ਭਾਈ ਖਲੋ ਜਾ ਹੁਣ ਤੋਂ, ਉਹਨਾਂ ਦਾ ਮਤਲਬ ਜਦੋਂ ਹੱਲ ਹੋ ਜਾਂਦਾ ਹੈ ਫਿਰ ਨਹੀਂ ਉਹ ਪਿੱਛੇ ਆਪਾਂ ਪਵੇਂਦੇ। ਇਸ ਸੰਸਾਰ ਦੇ ਵਿੱਚ ਆਪਾਂ ਆਮ ਵਿਚਰਦੇ ਹਾਂ, ਵੇਖਦੇ ਹਾਂ ਬਹੁਤ ਸਾਰੇ ਲੋਕ ਅਜਿਹੇ ਜਿਨ੍ਹਾਂ ਨਾਲ ਸਾਡਾ ਵਾਹ ਪੈਂਦਾ ਹੈ ਇਸ ਮਾਰਗ 'ਤੇ ਚੱਲਣ ਵਾਲਿਆਂ ਦੇ ਨਾਲ, ਜਿਹੜੇ ਕੇਵਲ ਆਪਣੇ ਸਵਾਰਥ ਵਾਸਤੇ ਹੀ ਸਾਡੇ ਨਾਲ ਨੇੜਤਾ ਕਰਦੇ ਹਨ, ਸਤਿਕਾਰ ਵੀ ਕਰਦੇ ਹਨ, ਸਭ ਕੁਛ ਹੀ ਮਿੱਠਾ ਬੋਲਦੇ ਵੀ ਹਨ, ਸਭ ਕੁਛ ਹੀ ਠੀਕ ਹੈ, ਲੇਕਿਨ ਉਹਦੇ ਪਿੱਛੇ ਜਿਹੜੀ ਭਾਵਨਾ ਹੈ ਉਹ ਸਵਾਰਥ ਹੈ। ਜਿੱਚਰ ਪਹਿਨਣ ਖਾਵਨੇ ਅਤੇ ਚਿਰ ਰੱਖਣ ਗੰਢ, ਜਿੰਨਾ ਚਿਰ ਤਾਂ ਉਹਨਾਂ ਨੂੰ ਖਾਣ ਪੀਣ ਨੂੰ ਮਿਲਦਾ ਜਾਵੇ, ਪਹਿਨਣ ਨੂੰ ਉਹਨਾਂ ਦੀ ਮਦਦ ਕਰੀ ਜਾਓ ਤੁਸੀਂ, ਧਾਗੇ ਨਾਲ ਬਹੁਤ ਪਿਆਰ ਬਣਾ ਕੇ ਰੱਖਣਗੇ, ਤੁਹਾਡਾ ਬੜਾ ਸਤਿਕਾਰ ਕਰਨਗੇ। ਜਿੱਤ ਦਿਨ ਕਿਛ ਨਾ ਹੋਵੇ ਹੀ ਤਿੱਤ ਦਿਨ ਬੋਲਣ ਕੰਧ, ਪਰ ਜਿੱਦਣ ਤੁਸੀਂ ਨਾ ਕਰ ਦਿੱਤੀ ਉਸ ਵੇਲੇ ਫਿਰ ਉਹਨਾਂ ਨੇ ਤੁਹਾਨੂੰ ਵੀ ਗਲਤ ਗੱਲਾਂ ਕਹਿਣੀਆਂ ਸ਼ੁਰੂ ਕਰ, ਤੁਹਾਡੀ ਨਿੰਦਿਆ ਕਰਨੀ ਸ਼ੁਰੂ ਕਰ ਦੇਣਗੇ, ਤੁਹਾਨੂੰ ਵੀ ਗਲਤ ਬੋਲਣਾ ਸ਼ੁਰੂ ਕਰ ਦੇਣਗੇ। ਜੀ ਕੀ ਸਾਰਨ ਜਾਣਨੀ, ਮਨਮੁਖ ਅਗਿਆਨੀ ਹਨ, ਅਗਿਆਨੀ ਹਨ, ਗੁਰੂ ਦੀ ਗੱਲ ਕਦੀ ਸੁਣੀ ਨਹੀਂ, ਪੜ੍ਹੀ ਨਹੀਂ, ਜਿਸ ਕਰਕੇ ਗਿਆਨ ਨਹੀਂ ਹੈ ਅੰਦਰ, ਮਨ ਦੇ ਪਿੱਛੇ ਤੁਰੇ ਫਿਰਦੇ ਹਨ। ਔਰ ਉਹ ਜਿਹੜੇ ਮਿੱਤਰ ਬਣਾਉਂਦੇ ਹਨ ਉਹਨਾਂ ਦੇ ਦਿਲ ਦੀ ਗੱਲ ਨਹੀਂ ਸਮਝਦੇ ਹਨ। ਇੱਕ ਪਾਸੇ ਮਿੱਤਰ ਉਹ ਹੁੰਦਾ ਜਿਹੜਾ ਦਿਲੋਂ ਮਿੱਤਰ ਬਣਦਾ ਹੈ, ਦੂਜੇ ਬੰਨੇ ਅਜਿਹਾ ਹੈ ਜਿਹੜਾ ਖੁਦ ਗਲਜ ਹੈ। ਰਿਸ਼ਤੇਦਾਰੀਆਂ 'ਚ ਵੀ ਸਾਡੇ ਇਹੀ ਕੁਛ ਹੋ ਰਿਹਾ ਸਾਰਾ ਹੀ। ਸੋ ਮਹਾਰਾਜ ਕਹਿੰਦੇ ਕੂੜਾ ਗੰਢ ਨਾ ਚੱਲੀ ਚਿੱਕੜ ਪੱਥਰ ਬੰਦ। ਹੁਣ ਪੱਥਰਾਂ ਦੀ ਕੰਧ ਬਣਾਉਣੀ ਹੋਵੇ ਚਿੱਕੜ ਦੇ ਨਾਲ ਤਾਂ ਕਿੰਨਾ ਕੁ ਚਿਰ ਚੱਲੇਗੀ? ਚਿੱਕੜ ਖੁਰ ਜਾਏਗਾ, ਪੱਥਰਾਂ ਦੀ ਕੰਧ ਡਿੱਗ ਪਏਗੀ। ਇਹ ਗਾਰੇ ਨਾਲ ਬਣੀ ਹੋਈ ਕੰਧ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਇਹ ਮਿੱਤਰਤਾ ਕਿੰਨਾ ਕੁ ਚਿਰ ਨਿਭ ਸਕਦੀ ਹੈ? ਜਿਵੇਂ ਚਿੱਕੜ ਗਾਰੇ ਨਾਲ ਬਣਾਈ ਹੋਈ ਪੱਥਰਾਂ ਦੀ ਕੰਧ ਸਦਾ ਨਹੀਂ ਰਹਿੰਦੀ ਹੈ, ਛੇਤੀ ਢਹਿ ਜਾਂਦੀ ਹੈ, ਇਸ ਤਰ੍ਹਾਂ ਹੀ ਇਹ ਦੋਸਤੀ ਵੀ ਜਿਹੜੀ ਹੈ, ਰਿਸ਼ਤੇਦਾਰੀ ਵੀ ਜਿਹੜੀ ਹੈ ਮਨਮੁੱਖਾਂ ਦੇ ਨਾਲ, ਇਹ ਬਹੁਤ ਚਿਰ ਨਹੀਂ ਨਿਭਦੀ ਹੈ। ਅੰਧੇ ਆਪ ਨੂੰ ਜਾਣਨੀ ਫੱਕੜ ਪਿੱਟਣ ਧੰਦ, ਅਗਿਆਨੀ ਹਨ, ਆਪਣੇ ਆਪ ਦੀ ਸੋਝੀ ਨਹੀਂ ਹੈ, ਔਰ ਰਾਤ ਦਿਨ ਧੰਦਿਆਂ ਨੂੰ ਹੀ ਪਿੱਟਦੇ ਰਹਿੰਦੇ ਹਨ। ਮੇਰਾ ਆਹ ਕੰਮ ਅੜਿਆ ਹੈ ਜੀ, ਇਹਦੇ 'ਚ ਮੇਰੀ ਮਦਦ ਕਰ ਦਿਓ, ਆਹ ਮੇਰਾ ਨਹੀਂ ਹੋ ਰਿਹਾ ਇਸ 'ਤੇ ਮਦਦ ਕਰ ਦਿਓ, ਇਹ ਆਪਣੇ ਹੀ ਧੰਦਿਆਂ ਨੂੰ ਪਿੱਟਦੇ ਰਹਿੰਦੇ ਹਨ। ਝੂਠੇ ਮੋਹ ਲਪਟਾਇਆ ਹੋ ਕਰਤਵ ਹਨ। ਔਰ ਅਜਿਹੇ ਲੋਕ ਜਿਹੜੇ ਹਨ, ਇਹ ਝੂਠਾ ਮੋਹ ਕੀ ਹੈ? ਜਿਹਦੇ ਨਾਲ ਨੇੜਤਾ ਵੀ ਹੈ, ਕੋਈ ਰਿਸ਼ਤੇਦਾਰ ਮਿੱਤਰਤਾ ਵੀ ਹੈ, ਉਹ ਉੱਪਰੋਂ ਉੱਪਰੋਂ ਹੀ ਹੈ, ਅੰਦਰੋਂ ਨਹੀਂ ਹੈ, ਬਾਹਰੋਂ ਵੇਖਣ ਨੂੰ ਬੜੇ ਚੰਗੇ ਲੱਗਣਗੇ। ਹਰ ਵੇਲੇ ਹੀ ਹਾਂ ਹਾਂ ਮੈਂ ਹੀ ਕਰਦੇ, ਸਾਰੀ ਉਮਰ ਉਹਨਾਂ ਦੀ ਲੰਘ ਜਾਂਦੀ ਹੈ। ਮੈਂ ਵੇਖੋ ਜੀ ਆਹ ਕਰ ਦਿੱਤਾ ਹੈ, ਆਹ ਕਰ ਦਿੱਤਾ ਹੈ, ਇਹ ਵੀ ਕਹਿ ਦਿੰਦੇ ਹਨ ਤੁਹਾਡੀ ਕਿਰਪਾ ਦੇ ਨਾਲ ਹੋ ਗਿਆ ਹੈ, ਬਹੁਤ ਬਹੁਤ ਕੁਛ ਕਹਿੰਦੇ ਹਨ ਅਜਿਹੇ ਲੋਕ ਜਿਹੜੇ ਹਨ। ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ, ਜਿਸ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਆਪ ਮਿਹਰ ਕਰਦਾ ਹੈ, ਮਿਹਰ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ। ਜਨ ਨਾਨਕ ਸੇਜਨ ਉਭਰੇ ਜੋ ਸਤਿਗੁਰ ਸ਼ਰਨ ਪਰੇ। ਅਜਿਹੇ ਲੋਕਾਂ ਦੀ ਸੰਗਤ ਤੋਂ, ਅਜਿਹੇ ਲੋਕਾਂ ਦੇ ਨਾਲ ਸੰਬੰਧਾਂ ਤੋਂ, ਮਿੱਤਰਤਾ ਤੋਂ, ਰਿਸ਼ਤੇਦਾਰੀਆਂ ਤੋਂ ਫਿਰ ਗੁਰੂ ਬਚਾ ਲੈਂਦਾ ਹੈ, ਗੁਰੂ ਸਾਵਧਾਨ ਕਰਦਾ ਹੈ। ਜਿਹਦੇ ਕੋਲ ਗੁਰੂ ਦੀ ਬਾਣੀ ਹੈ, ਗੁਰੂ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਉਸਨੂੰ ਅੰਦਰ ਉਹਦੇ ਪ੍ਰਕਾਸ਼ ਕਰ ਦੇਵੇਗਾ ਔਰ ਉਹਨੂੰ ਸੋਝੀ ਦੇ ਦੇਵੇਗਾ ਕਿ ਤੂੰ ਅੱਜ ਇੱਥੇ ਹੁਣ ਮਿੱਤਰਤਾ ਪਾਉਣ ਲੱਗਾ, ਰਿਸ਼ਤੇਦਾਰੀ ਪਾਉਣ ਲੱਗਾ ਹੈ, ਇਹ ਤੇਰੀ ਨਿਭਣੀ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਨੇ ਇੱਥੇ ਇਸ ਸਲੋਕ ਦੇ ਰਾਹੀਂ ਸਾਨੂੰ ਸਾਵਧਾਨ ਕੀਤਾ ਹੈ ਕਿ ਪਿਆਰਿਓ, ਜਦੋਂ ਵੀ ਸੰਸਾਰ ਦੇ ਵਿੱਚ ਵਿਚਰਨਾ ਹੈ, ਜਦੋਂ ਵੀ ਆਪਾਂ ਇਹ ਮਿੱਤਰਤਾ ਪਾਉਂਦੇ ਹਾਂ, ਕਿਉਂਕਿ ਮਿੱਤਰਤਾ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ, ਆਪਾਂ ਸਮਾਜਿਕ ਪ੍ਰਾਣੀ ਹਾਂ, ਸਮਾਜ 'ਚ ਵਿਚਰਦੇ ਹਾਂ, ਇੱਕ ਦੂਜੇ ਨਾਲ ਸਾਡਾ ਸੰਬੰਧ ਹੈ, ਇਕੱਲੇ ਵੀ ਨਹੀਂ ਰਹਿ ਸਕਦੇ ਹਾਂ ਆਪਾਂ। ਪਰ ਇਹ ਗੱਲ ਜ਼ਰੂਰ ਵਿਚਾਰ ਲਿਓ ਕਿ ਜਿਸ ਆਦਮੀ ਦੇ ਨਾਲ ਹੀ ਰਿਸ਼ਤੇਦਾਰੀ ਬਣਾਉਣ ਲੱਗੇ ਹਾਂ, ਸੰਬੰਧ ਬਣਾਉਣ ਲੱਗੇ ਹਾਂ, ਉਹ ਕਿਸ ਤਰ੍ਹਾਂ ਦਾ ਹੈ, ਉਹਦਾ ਸੁਭਾਅ ਕਿੱਦਾਂ ਦਾ ਹੈ। ਰਿਸ਼ਤੇਦਾਰੀ ਉੱਥੇ ਨਿਭਦੀ ਹੈ, ਮਿੱਤਰਤਾ ਉੱਥੇ ਨਿਭਦੀ ਹੈ ਜਿੱਥੇ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੋ ਜਾਂਦਾ ਹੈ।
ਜਿੱਥੇ ਸੁਭਾਅ ਵਿਚਾਰ ਵੱਖੋ ਵੱਖਰੇ ਹੋਣ ਉੱਥੇ ਨਹੀਂ ਇਹ ਨਿਮਜੀ। ਇਸ ਕਰਕੇ ਮਹਾਰਾਜ ਨੇ ਸਾਨੂੰ ਸਾਵਧਾਨ ਕੀਤਾ ਪੌੜੀ, ਜੋ ਰੱਤੇ ਦੀਦਾਰ ਸਹੀ ਸੱਚ ਹਾਕ, ਜਿਹੜੇ ਰੱਬ ਦੇ ਦਰਸ਼ਨਾਂ ਪਰਮੇਸ਼ੁਰ ਦੇ ਦਰਸ਼ਨਾਂ ਦੇ ਰੰਗ ਵਿੱਚ ਰੰਗੇ ਹੋਏ ਹਨ, ਜਿਨ੍ਹਾਂ ਨੂੰ ਹਰ ਵੇਲੇ ਤੜਫ ਪੈ ਜਾਂਦਾ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨ ਨੀਤ, ਦੇਖੋ ਜਿਨ੍ਹਾਂ ਦੇ ਅੰਦਰ ਤੜਫ ਹੈ ਨਾ, ਉਹ ਤਾਂ ਰਾਤ ਦਿਨ ਚਿਤਵਦੇ ਰਹਿੰਦੇ ਹਨ ਕਿ ਮੈਨੂੰ ਦਰਸ਼ਨ ਹੋ ਜਾਣ ਮੇਰੇ ਮਾਲਕ ਦੇ। ਔਰ ਜਿੰਨਾ ਚਿਰ ਹੋ ਨਹੀਂ ਜਾਂਦੇ ਉਨ੍ਹਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਔਰ ਅਵਸਥਾ ਉਹਨਾਂ ਦੀ ਦੱਸੀ ਹੈ ਮਹਾਰਾਜ ਨੇ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਹੈ, ਜਿਵੇਂ ਚੰਦ ਅਤੇ ਚਕੋਰ ਦਾ ਸੰਬੰਧ ਹੈ, ਜਿਵੇਂ ਚਕਵੀ ਅਤੇ ਸੂਰਜ ਦਾ ਸੰਬੰਧ ਹੈ, ਜਿਵੇਂ ਕੰਜੂਸ ਅਤੇ ਧਨ ਦਾ ਸੰਬੰਧ ਹੈ, ਇਸੇ ਤਰ੍ਹਾਂ ਜਿਵੇਂ ਮਾਂ ਦਾ ਆਪਣੀ ਔਲਾਦ ਦੇ ਨਾਲ ਸੰਬੰਧ ਹੈ, ਇਸੇ ਤਰ੍ਹਾਂ ਹੋਰ ਬਹੁਤ ਕੁਛ ਜਿਹੜਾ ਹੈ ਮਹਾਰਾਜ ਨੇ ਉਦਾਹਰਣਾਂ ਦਿੱਤੀਆਂ ਹਨ। ਬਬੀਹੇ ਦੀ ਸਵਾਂਤੀ ਬੋਧਨਾ ਜਿਹੜੀ ਹੈ ਪਿਆਰ ਹੈ, ਮੋਰ ਬਦਲਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ ਹੈ, ਤਨ ਮਨ ਹੋਏ ਨਿਹਾਲ ਜਾਂ ਵੇਖਾ ਗੁਰ ਸਾਹਮਣੇ, ਜਿਉਂ ਹੀ ਗੁਰੂ ਦੇ ਆ ਕੇ ਦਰਸ਼ਨ ਕਰਦੇ ਹਨ ਤਨ ਅਤੇ ਮਨ ਦੋਨੋਂ ਹੀ ਨਿਹਾਲ ਹੋ ਜਾਂਦੇ, ਅਸਰ ਪੈਂਦਾ ਹੈ ਮਨ 'ਤੇ ਵੀ ਅਤੇ ਤਨ ਦੇ 'ਤੇ ਵੀ। ਕੱਲ੍ਹ ਸ਼ਾਇਦ ਜਾਂ ਪਰਸੋਂ ਆਪਾਂ ਇਹ ਗੱਲ ਸੁਣੀ ਸੀ ਕਿ ਗੁਰੂ ਦੇ ਦਰਸ਼ਨ ਹੈ ਕੀ ਹਨ। ਇੱਕ ਬਾਹਰੀ ਦਰਸ਼ਨ ਹਨ, ਜਿਵੇਂ ਆਪਾਂ ਅੱਖਾਂ ਦੇ ਨਾਲ ਕਰ ਰਹੇ ਹਾਂ ਮਹਾਰਾਜ ਦੇ ਦਰਸ਼ਨ, ਇੱਕ ਮਨ ਦੇ ਦਰਸ਼ਨ ਹਨ। ਅਸੀਂ ਕੀ ਹਾਂ? ਅਸੀਂ ਮਨ ਹਾਂ। ਤਨ ਦੇ ਨਾਲ ਮੇਲ ਜਿਹੜਾ ਹੈ ਥੋੜ੍ਹ ਚਿਰ ਹੈ ਸਾਡਾ, ਅੱਖਾਂ ਨਾਲ ਦੀਦਾਰ ਥੋੜ੍ਹੇ ਚਿਰ ਵਾਸਤੇ ਹਨ, ਲੇਕਿਨ ਜਿਹੜਾ ਮਨ ਦੇ ਨਾਲ ਦੀਦਾਰ ਕਰਦਾ ਹੈ ਉਹ ਹਰ ਵੇਲੇ ਦੇ ਦਰਸ਼ਨ ਹੋ ਜਾਂਦੇ ਹਨ। ਮਨ ਦਾ ਮਿਲਾਪ ਜਿਹੜਾ ਹੈ ਸਦਾ ਲਈ ਹੈ। ਇਸ ਕਰਕੇ ਇਹ ਬਾਹਰ ਜੋ ਇਹ ਪ੍ਰਤੀਕ ਹੈ, ਬਾਹਰੀ ਦਰਸ਼ਨ ਜਿਹੜੇ ਹਨ ਅੰਦਰਲੇ ਦਰਸ਼ਨਾਂ ਦੀ ਜਿਹੜਾ ਪ੍ਰਤੀਕ ਹਨ, ਕਿ ਜਿਵੇਂ ਬਾਹਰ ਸਾਡੇ ਅੰਦਰ ਚਾਹ ਹੈ ਭੱਜ ਕੇ ਆਉਂਦੇ ਹਾਂ ਗੁਰੂ ਦੇ ਕੋਲ, ਦਰਸ਼ਨ ਕਰੀਏ, ਮੱਥਾ ਟੇਕਦੇ ਹਾਂ, ਬਹਿੰਦੇ ਹਾਂ ਕੋਲ, ਇਸੇ ਤਰ੍ਹਾਂ ਹੀ ਇਹ ਅਸੀਂ ਆਪਣੇ ਅੰਦਰੋਂ ਨਾਮ ਦੇ ਸਹਾਰੇ ਨਾਲ, ਗੁਰੂ ਸ਼ਬਦ ਦੇ ਸਹਾਰੇ ਨਾਲ ਅੰਤਰਮੁਖੀ ਹੋ ਕੇ ਗੁਰੂ ਦੇ ਦਰਸ਼ਨ ਕਰਨੇ ਹਨ ਸ਼ਬਦ ਰੂਪ ਦੇ ਵਿੱਚ, ਔਰ ਇਹ ਸਦਾ ਲਈ ਦਰਸ਼ਨ ਹੋਣਗੇ। ਸੁੱਤਿਆਂ ਜਾਗਦਿਆਂ ਕੰਮਕਾਰ ਕਰਦਿਆਂ ਹਰ ਵੇਲੇ ਗੁਰੂ ਦੇ ਦਰਸ਼ਨ ਜਿਹੜੇ ਹਨ, ਇੰਝ ਮਹਿਸੂਸ ਹੋਵੇਗਾ ਗੁਰੂ ਮੇਰੇ ਨਾਲ ਹੈ, ਦੂਰ ਨਹੀਂ ਹੈ। ਇਹ ਕਹਿਣ ਵਾਲੀ ਸੱਚੀ ਮੰਨਣ ਵਾਲੀ ਗੱਲ ਹੈ, ਸੱਚ ਹਾਕ, ਸਹੀ ਸੱਚ ਹਾਕ, ਅਜਿਹੇ ਹੀ ਸੱਚੇ ਕਹਿ ਜਾਂਦੇ ਹਨ ਜਾਂ ਅਜਿਹਿਆਂ ਨੂੰ ਹੀ ਸੱਚ ਕਹਿ ਸਕਦੇ ਹਾਂ। ਜਿੰਨੀ ਜਾਤਾਂ ਖਸਮ ਕਿਉਂ ਲੱਭੇ ਤਿੰਨਾਂ ਖਾਕ, ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਦਰਸ਼ਨ ਕੀ ਹਨ ਗੁਰੂ ਦੇ ਅਤੇ ਗੁਰੂ ਦੇ ਨਾਲ ਮਿਲਾਪ ਕੀ ਹੈ, ਤਨ ਦਾ ਮਿਲਾਪ ਨਹੀਂ ਹੈ ਮਨ ਦਾ ਮਿਲਾਪ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਦੀ ਜਿਹੜੀ ਖਾਕ ਹੈ, ਚਰਨਾਂ ਦੀ ਧੂੜ, ਉਹਨਾਂ ਦਾ ਪਿਆਰ, ਉਹਨਾਂ ਦੀ ਸੰਗਤ, ਇਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਮਨ ਮੈਲਾ ਵਿਕਾਰ ਹੋਵੇ ਸੰਗ ਪਾਪ, ਪਾਕ, ਪਾਕ ਦਾ ਮਤਲਬ ਪਵਿੱਤਰ। ਗੰਦਾ ਮਨ ਜਿਹੜਾ ਹੈ, ਭਾਵ ਮਨ ਦੇ ਵਿਚਾਰ ਜਿਹੜੇ ਜਿਨ੍ਹਾਂ ਦੇ ਅੰਦਰ ਆਉਂਦੇ ਰਹਿੰਦੇ ਹਨ, ਜਿਹੜਾ ਅਸਲੀ ਬੰਦਾ ਸਰੀਰ ਕਰਕੇ ਗੰਦਾ ਨਹੀਂ ਹੈ, ਸਰੀਰ ਕਰਕੇ ਤਾਂ ਜੋ ਕੁਛ ਆ ਉਹ ਹੈ ਹੀ। ਆਪਾਂ ਕਿੰਨਾ ਵੀ ਆਪਣੇ ਬਾਹਰ ਆਪਣੇ ਆਪ ਨੂੰ ਬਾਹਰੋਂ ਸੁਚਮਤਾ ਰੱਖ ਲਈਏ, ਚੰਗੇ ਕੱਪੜੇ ਸਾਫ਼ ਕੱਪੜੇ ਪਾ ਲਈਏ, ਜੇ ਮਨ ਮੈਲਾ ਹੈ ਤਾਂ ਸਭ ਕੁਛ ਹੀ ਮੈਲਾ ਹੈ। ਗੱਲ ਮਨ ਦੇ ਪਵਿੱਤਰ ਹੋਣ ਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿ ਮੈਲੇ ਮਨ ਦੀ ਨਿਸ਼ਾਨੀ ਕੀ ਹੈ? ਮਨ ਦੇ ਵਿਚਾਰ ਮਨ 'ਚ ਹਰ ਵੇਲੇ ਵੱਜਦੇ ਰਹਿੰਦੇ ਹਨ। ਤੁਸੀਂ ਪਾਠ ਵੀ ਕਰਦੇ ਹੋ ਨਾ, ਪਾਠ ਕਰਦੇ ਵੀ ਇਹੋ ਜਿਹੇ ਭੈੜੇ ਵਿਚਾਰ ਆਈ ਜਾਣਗੇ।
ਨਾਮ ਜਪਦਿਆਂ ਵੀ, ਗੁਰੂ ਦੀ ਸੰਗਤ 'ਚ ਬੈਠਿਆਂ ਵੀ ਭੈੜੇ ਜਿਹੇ ਵਿਚਾਰ ਹੋਰ ਤਰ੍ਹਾਂ ਦੇ ਆਈ ਜਾਣਗੇ। ਜਿਨ੍ਹਾਂ ਗੱਲਾਂ ਬਾਰੇ ਕਦੇ ਸੋਚਿਆ ਨਹੀਂ ਹੁੰਦਾ, ਉਹੋ ਜਿਹੀਆਂ ਗੱਲਾਂ ਸਾਹਮਣੇ ਐਵੇਂ ਹੀ ਆਈ ਜਾਣਗੀਆਂ। ਇਹ ਮੈੜੇ ਮਨ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਕਿ ਜੇ ਅਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਉਹਨਾਂ ਦੇ ਦਰਸ਼ਨ ਹੋ ਜਾਣ ਜਿਹੜੇ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਤਾਂ ਸਾਡਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ, ਸਾਡੇ ਮਨ ਵੀ ਪਵਿੱਤਰ ਹੋ ਜਾਂਦੇ। ਦਿਸੇ ਸੱਚਾ ਮਹਿਲ ਖੁੱਲ੍ਹੇ ਭਰਮ ਤਾਕ। ਭਰਮ ਦੇ ਤਾਕ ਜਿਹੜੇ ਦਰਵਾਜ਼ੇ ਲੱਗੇ ਹੋਏ ਹਨ ਸਾਡੇ ਅੰਦਰ, ਸਮਝ ਕਿਉਂ ਨਹੀਂ ਆ ਰਹੀ ਸਾਨੂੰ, ਰੱਬ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ? ਭਰਮ ਦੇ ਤਾਕ ਲੱਗੇ ਹੋਏ ਹਨ। ਦਰਵਾਜ਼ਾ ਤਾਕ ਕਹਿੰਦੇ ਹਨ, ਦੋ ਦਰਵਾਜ਼ਿਆਂ ਨੂੰ ਬੰਦ ਕਰ ਦਿੰਦੇ ਹਨ, ਦਰਵਾਜ਼ਾ ਜਿਹਨੂੰ ਕਹਿੰਦੇ ਹਨ, ਇਹ ਤਾਕ ਜਿਹੜੇ ਲੱਗੇ ਤਖਤੇ ਜਿਹੜੇ ਹਨ, ਸਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਰੱਬ ਨੂੰ ਮਿਲਣਾ ਹੈ, ਕਿਹੜੇ ਗੁਰੂ ਨੂੰ ਮਿਲਣਾ ਹੈ। ਭਰਮ ਹੈ ਨਾ, ਇਹ ਵੱਡਾ ਭਰਮ ਹੈ। ਸੱਚ ਕੀ ਹੈ, ਝੂਠ ਕੀ ਹੈ, ਕੋਈ ਪਤਾ ਨਹੀਂ ਹੈ। ਇਹ ਭਰਮ ਦੇ ਤਾਕ ਹਨ। ਸੰਤਾਂ ਦੀ, ਗੁਰਮੁਖਾਂ ਦੀ, ਜਿਨ੍ਹਾਂ ਦੇ ਅੰਦਰ ਰੱਬੀ ਦੀਦਾਰ ਦਾ ਚਾਓ ਹੈ, ਹਰ ਵੇਲੇ ਹੀ ਉਸ ਦੀਦਾਰਾਂ ਦੇ ਰੰਗ 'ਚ ਰੰਗੇ ਰਹਿੰਦੇ ਹਨ। ਮਾਰੀ ਕਹਿੰਦੇ ਕਿ ਅਜਿਹੇ ਗੁਰਮੁਖਾਂ ਦੀ ਸੰਗਤ, ਅਜਿਹੇ ਗੁਰਮੁਖਾਂ ਦੇ ਦਰਸ਼ਨ ਕਰਕੇ ਉਹ ਤਾਕ ਖੁੱਲ੍ਹ ਜਾਂਦੇ ਹਨ ਅਤੇ ਸੱਚਾ ਮਹਿਲ ਜਿਹੜਾ ਹੈ ਦਿਸ ਪੈਂਦਾ ਹੈ। ਵਾਹਿਗੁਰੂ ਦਾ ਜੋ ਮਹਿਲ, ਜਿਹਨੂੰ ਆਪਾਂ ਸੱਚਖੰਡ ਕਹਿੰਦੇ ਹਾਂ, ਸੱਚਖੰਡ ਤਾਂ ਸਾਡੇ ਅੰਦਰ ਹੀ ਹੈ ਨਾ, ਸੱਚਖੰਡ ਸਾਡੇ ਅੰਦਰ ਹੀ ਹੈ, ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਨੂੰ ਟਿਕਾਇਆ ਹੋਇਆ। ਉਹਦੀ ਗੱਲ ਆਪਾਂ ਪਿੱਛੇ ਕਈ ਵਾਰੀ ਸੁਣ ਚੁੱਕੇ ਹਾਂ। ਸੁਰਤ ਨੇ ਉੱਥੇ ਪਹੁੰਚਣਾ ਹੈ, ਸਾਡੀ ਨੇ, ਸਰੀਰ ਨੇ ਨਹੀਂ ਜਾਣਾ ਹੈ, ਹੋਰ ਕੋਈ ਚੀਜ਼ ਨਹੀਂ ਸਾਡੀ ਉੱਥੇ ਪਹੁੰਚ ਸਕਦੀ। ਉਹ ਅੰਦਰ ਜਿਵੇਂ ਸੁਰਤੀ ਅੰਤਰਮੁਖੀ ਹੋਵੇਗੀ, ਮਨ ਕਹਿ ਲਓ, ਸੁਰਤੀ ਕਹਿ ਲਓ, ਅੰਤਰਮੁਖੀ ਹੋ ਜਾਏਗੀ, ਤਾਂ ਫਿਰ ਸ਼ਬਦ ਦੇ ਨਾਲ ਜੁੜ ਕੇ, ਸ਼ਬਦ ਦੇ ਸਹਾਰੇ ਨਾਲ, ਜਿਵੇਂ ਪੌੜੀ ਚੜ੍ਹੀ ਦੀ ਹੈ ਨਾ, ਕਿਸੇ ਉੱਚੇ ਮਕਾਮ 'ਤੇ ਚੜ੍ਹਨਾ ਹੋਵੇ ਪੌੜੀ ਦਾ ਸਹਾਰਾ, ਇਸੇ ਤਰ੍ਹਾਂ ਸ਼ਬਦ ਸਹਾਰਾ ਹੈ। ਸ਼ਬਦ ਦੇ ਸਹਾਰੇ ਨਾਲ ਸੁਰਤੀ ਉੱਚੀ ਹੁੰਦੀ ਜਾਂਦੀ ਹੈ, ਅਤੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਮਹਿਲ ਦੇ ਵਿੱਚ ਸੁਰਤੀ ਪਹੁੰਚ ਜਾਂਦੀ ਹੈ। ਜਿਸੇ ਦਿਖਾਲੇ ਮਹਿਲ, ਤਿਸੇ ਨਾ ਮਿਲੇ ਧਾਕ। ਜਿਹਨੂੰ ਇੱਕ ਵਾਰੀ ਸੰਤਾਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ ਵਾਹਿਗੁਰੂ ਪਰਮੇਸ਼ਰ ਨੇ ਮਹਿਲ ਦਿਖਾ ਦਿੱਤਾ, ਸੁਰਤੀ ਉੱਥੇ ਇੱਕ ਵਾਰੀ ਚਲੇ ਗਈ, ਫਿਰ ਉਸ ਨੂੰ ਧੱਕਾ ਨਹੀਂ ਲੱਗਦਾ ਹੈ, ਪਾ ਉਸ ਮਹਿਲ ਵਿੱਚੋਂ ਕੋਈ ਉਸਨੂੰ ਧੱਕਾ ਮਾਰਨ ਵਾਲਾ ਨਹੀਂ ਹੈ, ਬਾਹਰ ਕੱਢਣ ਵਾਲਾ ਨਹੀਂ ਹੈ, ਭਾਵ ਉਹ ਸਦਾ ਹੀ ਉੱਥੇ ਸੁਰਤੀ ਉਹਨਾਂ ਦੀ ਸਦਾ ਹੀ ਜੁੜੀ ਰਹਿੰਦੀ ਹੈ। ਸੋ ਤੇ ਇਸੇ ਦੀ ਹੀ ਸੁਰਤੀ ਉੱਤੇ ਅੰਤਰਮੁਖੀ ਹੋ ਕੇ ਜੁੜੀ ਰਹਿੰਦੀ ਹੈ। ਮੰਤਨ ਹੋਏ ਨਿਹਾਲ ਬਿੰਦਕ ਨਜ਼ਰ ਝਾਕ। ਅਜਿਹੇ ਰੱਬ ਦੇ ਪਿਆਰੇ, ਜਿਨ੍ਹਾਂ ਦੀ ਖਾਕ ਦਾਨ ਮਹਿੰਗਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਰੱਬ ਦੇ ਪਿਆਰਿਆਂ ਦੇ ਜੇ ਕਿਤੇ ਚੜ੍ਹਨਾ ਦੀ ਧੂੜ ਮਿਲ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਉਹ ਮੱਥੇ 'ਤੇ ਲਾਉਣੀ ਚਾਹੀਦੀ ਹੈ, ਕੂੜਾ ਲਾਲਚ ਛੱਡੀ ਹੋਈ ਕਮਨ ਅਲੱਖ ਤਿਆਈਏ। ਕੂੜੇ ਲਾਲਚ ਨੂੰ ਛੱਡ ਕੇ ਅਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ 'ਚ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ। ਸੋ ਥੋੜ੍ਹੀ ਜਿਹੀ ਬਿੰਦਕ ਕੀ ਹੁੰਦੀ, ਥੋੜ੍ਹੀ ਜਿਹੀ ਮਿਹਰ ਦੀ ਦ੍ਰਿਸ਼ਟੀ ਕਰ ਲੈਣਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ, ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ ਹੈ। ਪਹਿਲੀ ਗੱਲ ਤਾਂ ਝਾਕਦੇ ਹੀ ਨਹੀਂ ਉਹ ਕਿਸੇ ਵੱਲ, ਨੀਵੀਂ ਨਜ਼ਰ ਰਹਿੰਦੀ ਹਰ ਵੇਲੇ ਹੀ। ਜੇ ਕਿਤੇ ਮਿਹਰ ਦੀ ਨਜ਼ਰ ਕਰ ਦੇਣ ਕਿਸੇ ਦੇ ਉੱਤੇ ਤਾਂ ਉਹਦਾ ਤਨ ਅਤੇ ਮਨ ਦੋਨੋਂ ਨਿਹਾਲ ਹੋ ਜਾਂਦੇ, ਭਾਵ ਪੂਰਨ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਨੌਨਿਤ ਨਾਮ ਦਾਨ ਗੁਰ ਕੈ ਸ਼ਬਦ ਲਾਗ, ਐਸਾ ਗੁਰੂ ਦੇ ਸ਼ਬਦ ਨਾਲ ਜੋੜਦੇ ਹਨ ਹਰ ਵੇਲੇ ਰਸਨਾ ਦਿੱਤੇ, ਗੁਰੂ ਦਾ ਸ਼ਬਦ ਹਰ ਵੇਲੇ ਹਾਜ਼ਰ ਰਹਿੰਦਾ ਹੈ। ਜਿਸ ਦਾ ਫਲ ਕੀ ਹੈ, ਨਾਮ ਰੂਪੀ ਖਜ਼ਾਨਾ ਜਿਹੜਾ ਹੈ, ਨੌ ਨਿਧੀਆਂ ਦਾ
ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ, ਭਾਵ ਨੌ ਖਜ਼ਾਨੇ ਜਿਹੜੇ ਮੰਨੇ ਗਏ ਹਨ, ਜਿਵੇਂ ਸੋਨਾ, ਚਾਂਦੀ, ਹੀਰੇ, ਜਵਾਹਰਾਤ ਆਦਿ ਜਿਹੜੇ ਹਨ, ਕੀਮਤੀ ਧਾਤਾਂ ਜਿਹੜੀਆਂ ਹਨ, ਇਹ ਨੌ ਕਿਸਮ ਦੇ ਖਜ਼ਾਨੇ ਮੰਨੇ ਗਏ ਹਨ। ਇਹਨਾਂ ਨੌ ਨਿਧੀਆਂ ਕਿਹਾ, ਨਿਧੀ ਦਾ ਮਤਲਬ ਖਜ਼ਾਨਾ ਹੁੰਦਾ ਹੈ। ਇਹ ਨਾਮ ਹੀ ਹੈ ਅਸਲ 'ਚ, ਜਾਂ ਇੰਝ ਕਹਿ ਲਓ ਕਿ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਨੌ ਨਿਧੀਆਂ ਹਨ। ਉਹ ਹੀਰਿਆਂ ਜਵਾਹਰਾਤਾਂ ਦਾ ਵੀ ਮਾਲਕ ਹੈ, ਉਹ ਸੋਨੇ ਚਾਂਦੀ ਦਾ ਵੀ ਮਾਲਕ ਹੈ, ਗੱਲ ਕੀ ਸਾਰਾ ਕੁਛ ਹੀ ਉਸਦੇ ਕੋਲ ਹੈ। ਉਸਦੀ ਦ੍ਰਿਸ਼ਟੀ ਵਿੱਚ ਹੈ ਸਭ ਕੁਛ। ਕਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ, ਪਰ ਅਜਿਹੇ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਜਿਹੜੀ ਹੈ ਉਹਨਾਂ ਨੂੰ ਮਿਲਦੀ ਹੈ, ਉਹਨਾਂ ਦੀ ਸੰਗਤ ਅਜਿਹੇ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮੱਥੇ 'ਤੇ ਚੰਗੇ ਭਾਗ ਹਨ। ਕਈ ਵਾਰੀ ਸਾਰੀ ਉਮਰ ਲੰਘ ਜਾਂਦੀ ਹੈ ਬੰਦੇ ਦੇ, ਮਿਲਾਪ ਹੀ ਨਹੀਂ ਹੁੰਦਾ ਹੈ, ਭਾਵੇਂ ਗੁਆਂਢ ਦੇ ਵਿੱਚ ਹੀ ਕੋਈ ਰੱਬ ਦਾ ਅਜਿਹਾ ਪਿਆਰਾ ਹੋਵੇ, ਘਰ ਵਿੱਚ ਹੀ ਹੋਵੇ, ਸਮਝ ਹੀ ਨਹੀਂ ਆਉਂਦੀ ਹੈ। ਹਰ ਇੱਕ ਦੀ ਹਉਮੈ ਆਪਣੀ ਆਪਣੀ ਹੁੰਦੀ ਹੈ, ਮੈਂ ਜਿਹੜੀ ਹੈ ਇਹ ਝੁਕਣ ਨਹੀਂ ਦਿੰਦੀ ਹੈ। ਜਿਵੇਂ ਪਿਛੋਕੜ ਇਤਿਹਾਸ ਹੈ ਸਾਡਾ, ਗੁਰੂ ਪੁੱਤਰ ਹੋ ਕੇ ਵੀ ਗੁਰੂ ਦੀ ਵਡਿਆਈ ਨੂੰ ਨਹੀਂ ਸਮਝ ਸਕੇ, ਹਰ ਵੇਲੇ ਕੋਲ ਰਹਿੰਦੇ ਸੀ, ਨਾ ਰਹਿੰਦੇ ਪ੍ਰਿਥੀ ਚੰਦ ਵਰਗੇ, ਰਾਮ ਰਾਏ ਵਰਗੇ, ਧੀਰਮਲ ਵਰਗੇ, ਹਰ ਵੇਲੇ ਕੋਲ ਰਹਿੰਦੇ ਸੀ ਨਾ, ਫਿਰ ਵੀ ਵੇਖ ਲਓ ਉਹ ਕਿੱਧਰ ਤੁਰ ਕਿੱਧਰ ਪਏ। ਭਾਗ ਉਹਨਾਂ ਦੇ ਚੰਗੇ ਭਾਗ ਨਹੀਂ ਸਨ, ਉਹਨਾਂ ਦੀ ਸੁਰਤੀ ਮਨਮੁੱਖਾਂ ਵਾਲੀ ਸੀ, ਹੈ ਤਾਂ ਗੁਰੂ ਪੁੱਤਰ ਹੀ ਸਨ, ਸਤਿਕਾਰਯੋਗ ਹਨ ਸਾਡੇ ਲਈ, ਲੇਕਿਨ ਉਹਨਾਂ ਦੀ ਬਿਰਤੀ ਵੀ ਕਿਹੜੇ ਪਾਸੇ ਲੱਗੀ ਰਹੀ। ਸੋ ਅਜਿਹੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ, ਦਰਸ਼ਨ, ਮਿਲਾਪ, ਇਹ ਬਹੁਤ ਚੰਗੇ ਭਾਗ ਹੋਣ ਤਾਂ ਮਿਲਾਪ ਹੁੰਦਾ ਹੈ। ਜ਼ਿੰਦਗੀ ਵਿੱਚ ਇੱਕ ਵਾਰੀ ਮਿਲਾਪ ਹੁੰਦਾ ਹੈ, ਜੇ ਹੋ ਜਾਵੇ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲ ਜਾਵੇ ਤਾਂ ਸਾਡੇ ਜੀਵਨ ਨੂੰ ਬਦਲਣਾ, ਕੇਵਲ ਸਾਡੇ ਹੀ ਜੀਵਨ ਨੂੰ ਨਹੀਂ ਬਦਲਦਾ, ਸਾਰੀ ਕੁੱਲ ਦਾ ਹੀ ਉਧਾਰ ਕਰ ਦਿੰਦਾ। ਦਾਸ ਨੇ ਆਪਣੇ ਜੀਵਨ ਦੇ ਵਿੱਚ ਵੇਖਿਆ ਹੈ ਕਿ ਮਹਾਂਪੁਰਸ਼ਾਂ ਦੀ ਦਰਸ਼ਨ ਹੋਏ, ਇੱਕ ਵਾਰ ਹੋਏ, ਦਾਸ ਕਥਾ ਸੁਣਨ ਵਾਸਤੇ ਗਿਆ ਸੀ ਉੱਥੇ, ਸੰਤ ਕਰਤਾਰ ਸਿੰਘ ਜੀ ਪਿੰਡਰਾਂਵਾਲੇ ਜਿਹੜੇ ਮੁਖੀ ਹੋਏ ਹਨ ਟਕਸਾਲ ਦੇ, ਸੰਤ ਜਰਨੈਲ ਸਿੰਘ ਤੋਂ ਪਹਿਲਾਂ, ਉਹ ਵੀ ਅਸੀਂ ਚਾਰ ਪੰਜ ਨੌਜਵਾਨ ਸੀ ਉਦੋਂ ਪਿੰਡ ਦੇ ਵਿੱਚ, ਉਹ ਅਸੀਂ ਸਾਰੇ ਸਲਾਹ, ਇੱਕ ਨਿਹੰਗ ਸਿੰਘਾਂ ਦਾ ਲੜਕਾ ਸੀ, ਉਹ ਸਾਨੂੰ ਕਹਿੰਦਾ ਚਲੋ ਆਪਾਂ ਜਾ ਕੇ ਨਾ ਕਥਾ ਸੁਣ ਕੇ ਆਉਂਦੇ ਹਾਂ। ਕਥਾ ਸੁਣ ਗਏ, ਕਥਾ ਸੁਣੀ, ਉਸ ਤੋਂ ਬਾਅਦ ਅਸੀਂ ਆ ਕੇ ਬਾਹਰ ਜੋੜਿਆਂ ਦੀ ਸੇਵਾ ਕਰਨ ਲੱਗ ਪਏ। ਸੰਤ ਆਏ, ਵਾਹ ਵੀ ਵਾਹ, ਵਾਹ ਵੀ ਜਵਾਨੋ, ਤਕੜੇ ਹੋ ਕੇ ਸੇਵਾ ਕਰੋ, ਇੰਨਾ ਇੰਨਾ ਕਹਿ ਕੇ ਅੱਗੇ ਲੰਘੇ। ਸ਼ਾਮ ਥੋੜ੍ਹਾ ਜਿਹਾ ਹੋਰ ਘੰਟਾ ਕੁ ਬੀਤਿਆ ਤਾਂ ਉਹੀ ਨਿਹੰਗ ਸਿੰਘ ਦਾ ਮੁੰਡਾ ਜਿਹੜਾ ਸੀ, ਪੁਰਵਲੇ ਚੰਗੇ ਕਰਮ ਸਨ ਉਸਦੇ, ਜਿਹੜਾ ਨਾਲ ਦੇ ਉਹਨੇ ਉਤਾਰ ਰਿਹਾ ਸੀ, ਕਹਿੰਦਾ ਸੰਤ ਇਸ ਵੇਲੇ ਆਸਣ 'ਤੇ ਆ ਗਏ ਹੋਣੇ ਆ, ਉਹ ਤਪਿਆਣਾ ਸਾਹਿਬ ਗੁਰਦੁਆਰਾ ਖਡੂਰ ਸਾਹਿਬ ਦੇ ਵਿੱਚ ਹੈ, ਉੱਥੇ ਪਰਿਕਰਮਾ ਸੰਤ ਕਥਾ ਕਰਦੇ ਹੁੰਦੇ ਸੀ, ਇੱਕ ਮਹੀਨਾ ਉੱਥੇ ਕਥਾ ਕਰਦੇ ਸੀ। ਚਲੋ ਆਪਾਂ ਉਹਨਾਂ ਦੇ ਉੱਥੇ ਜਾ ਕੇ ਮਿਲ ਕੇ ਜੀ ਸੰਤਾਂ ਨੂੰ, ਅਸੀਂ ਸਾਰੇ ਚਲੇ ਗਏ। ਵੇਖੋ ਕਿੱਦਾਂ ਮਿਲਾਪ ਕਿੱਦਾਂ ਹੁੰਦਾ ਹੈ, ਕਿਵੇਂ ਵਿਧ ਕਿਵੇਂ ਬਣਦੀ ਹੈ, ਫਿਰ ਕਿੱਥੋਂ ਕਿੱਥੇ ਪਹੁੰਚਾ ਦਿੰਦੇ ਹਨ ਸੰਤ ਜਿਹੜੇ ਹਨ। ਅਸੀਂ ਗਏ ਫਤਿਹ ਬੁਲਾਈ, ਥੱਲੇ ਬਹਿਣ ਲੱਗੇ ਜ਼ਮੀਨ 'ਤੇ, ਮੰਜੇ ਵਿਖੇ ਹੋਏ ਸਨ, ਹੋਰ ਵੀ ਕਹਿੰਦੇ ਨਹੀਂ ਨਹੀਂ ਜਵਾਨੋ ਮੰਜਿਆਂ 'ਤੇ ਬੈਠੋ, ਤੁਸੀਂ ਥੱਲੇ ਨਹੀਂ ਬਹਿਣਾ। ਸਾਰਿਆਂ ਨੂੰ ਹੀ ਮਹਾਂਪੁਰਸ਼ਾਂ ਨੇ ਮੰਜਿਆਂ 'ਤੇ ਬਿਠਾ ਲਿਆ, ਗੱਲਾਂ ਕਰ ਲਵੇ, ਔਰ ਗੱਲਾਂ ਵੀ ਕਿਹੋ ਜਿਹੀਆਂ ਜਿਵੇਂ ਆਪਾਂ ਆਮ ਘਰਾਂ ਦੀਆਂ ਗੱਲਾਂ, ਔਰ ਕੋਈ ਸਾਡੇ ਨਾਲ ਰੱਬ ਦੀ ਗੱਲ ਨਹੀਂ ਕੀਤੀ, ਸੰਸਾਰੀ ਗੱਲਾਂ ਕੀ ਕਰਦੇ ਹੁੰਦੇ ਜੇ, ਇਕੱਲੇ ਇਕੱਲੇ ਨੂੰ ਪੁੱਛਿਆ ਜਿਨ੍ਹਾਂ ਦੀਆਂ ਦਾੜੀਆਂ ਕੱਟੀਆਂ ਸਨ ਉਹ ਪਿੱਛੇ ਲੁਕ ਰਹੇ, ਉਹ ਤੁਸੀਂ ਕਿਉਂ ਲੁਕਦੇ ਜੇ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਆ ਜਾਓ ਅੱਗੇ ਸਾਹਮਣੇ ਆਓ, ਉਹਨਾਂ ਨੂੰ ਸਾਹਮਣੇ ਵਾਲ ਲਿਆ ਸਾਰਿਆਂ ਨੇ। ਪੌਣਾ ਘੰਟਾ ਸਾਡੇ ਨਾਲ ਗੱਲਾਂ ਕਰਦੇ ਰਹੇ, ਬਸ ਪਤਾ ਸਾਨੂੰ ਨਹੀਂ ਪਤਾ ਕਿ ਕੀ ਹੋ ਗਿਆ ਉਸ ਸਮੇਂ, ਸਾਰਿਆਂ ਨੂੰ ਹੀ ਕੀ ਖੇਡ ਉਹਨਾਂ ਨੇ ਵਰਤਾਈ। ਜਦੋਂ ਤੁਰਨ ਲੱਗੇ ਉੱਠ ਕੇ, ਚੰਗਾ ਵੀ ਜਾਓ ਫਿਰ ਤੁਸੀਂ ਹੁਣ ਸਾਨੂੰ ਵੀ ਆਰਾਮ ਕਰ ਲੈਣ ਦਿਓ, ਆਪ ਹੀ ਉਹਨਾਂ ਨੇ ਮਹਾਂਪੁਰਸ਼ਾਂ ਨੇ ਕਹਿਤਾ। ਅਸੀਂ ਤੁਰੇ ਤਾਂ ਰੋਕ ਲਿਆ ਸਾਨੂੰ,
ਕਿ ਕਿਹਾ ਕਿ ਤੁਰਦਿਆਂ ਨੂੰ ਬਚਨ ਕਿਹਾ ਉਹ ਬੱਚਿਓ ਜੇ ਗੁਰਸਿੱਖਾਂ ਦੇ ਘਰ ਤੁਹਾਡਾ ਜਨਮ ਹੋਇਆ ਤਾਂ ਸਿੱਖੀ ਵਾਸਤੇ ਕੁਝ ਕਰ ਲਓ ਜ਼ਿੰਦਗੀ 'ਚ ਵੇਖ ਲਓ ਇਹ ਬਚਨ ਹੈ ਸਾਧੂ ਨੇ ਜਿਹੜਾ ਬਚਨ ਕਿਹਾ ਹੈ ਨਾ ਜੇ ਕੋਈ ਧਿਆਨ ਨਾਲ ਸੁਣ ਕੇ ਉਹਨੂੰ ਮੰਨ ਲਵੇ ਨਾ ਤਾਂ ਉਹਦਾ ਅਤੇ ਉਹਦੇ ਪਰਿਵਾਰ ਦਾ ਪਾਰ ਉਤਾਰਾ ਹੋ ਜਾਂਦਾ ਹੈ ਇਹ ਬਚਨ ਦੇਖੋ 1975 ਦਾ ਕੀਤਾ ਹੋਇਆ ਹੈ ਜਿਹੜਾ ਦਾਸ ਦੇ ਅੰਦਰ ਧਸਿਆ ਹੋਇਆ ਹੈ ਕਿੰਨੇ ਸਾਲ ਹੋ ਗਏ ਅੰਦਾਜ਼ਾ ਲਾ ਲਓ ਤੁਸੀਂ ਅਗਲਾ 25 ਦੇ ਵਿੱਚ 50 ਸਾਲ ਹੋ ਜਾਣੇ ਹਨ ਪਰ ਫਿਰ ਉਹਨਾਂ ਦੀ ਹੀ ਪ੍ਰੇਰਨਾ ਦੇ ਨਾਲ ਅਸੀਂ ਅੰਮ੍ਰਿਤ ਛਕਿਆ ਸੀ ਫਿਰ ਇਸ ਪਾਸੇ ਲਾ ਤਾ ਔਰ ਐਸਾ ਲਾਇਆ ਕਿ ਹੁਣ ਤੁਸੀਂ ਵੇਖ ਹੀ ਰਹੇ ਹੋ ਪੱਕਾ ਹੀ ਲਾ ਤਾ ਇਹ ਹੈ ਪਾਗਾਂ ਦੀ ਨਿਸ਼ਾਨੀ ਕੋਈ ਪੁਰਬਲਾ ਕਰਮ ਜਾਗਿਆ ਉਹਦੇ ਨਾਲ ਉਹ ਮਾੜੀ ਸੰਗਤ 'ਚੋਂ ਮਹਾਰਾਜ ਨੇ ਕੱਢ ਕੇ ਸਾਨੂੰ ਸੰਤਾਂ ਨਾਲ ਮਿਲਾ ਦਿੱਤਾ ਅਤੇ ਸੰਤਾਂ ਨਾਲ ਮਿਲਾ ਕੇ ਹੁਣ ਆਪ ਹੀ ਨਹੀਂ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਵੀ ਅੰਮ੍ਰਿਤਧਾਰੀ ਹਨ ਸਾਨੂੰ ਵੇਖ ਕੇ ਹੀ ਉਹਨਾਂ ਨੂੰ ਪ੍ਰੇਰਨਾ ਹੋਈ ਹੈ ਆਪਣੀਆਂ ਗੱਲਾਂ ਕਰਦਿਆਂ ਚੰਗੇ ਨਹੀਂ ਲੱਗੀਦਾ ਹੈ ਬਹੁਤੀਆਂ ਪਰ ਜੋ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਦਾਸ ਨੂੰ ਮਿਲਿਆ ਹੈ ਉਹ ਆਪ ਜੀ ਦੇ ਸਾਹਮਣੇ ਹੈ ਮੈਂ ਜੇ ਨਾ ਮੈਨੂੰ ਜ਼ਿੰਦਗੀ 'ਚ ਮਿਲਦੀ ਸੰਗਤ ਮਹਾਂਪੁਰਸ਼ਾਂ ਦੀ ਤਾਂ ਹੋ ਸਕਦਾ ਮੈਂ ਕਿਸੇ ਬੈਂਕ ਦਾ ਮੈਨੇਜਰ ਬਣਿਆ ਹੁੰਦਾ ਇਕਨੋਮਿਕਸ ਦੀ ਐੱਮ ਏ ਕੀਤੀ ਸੀ ਮੈਂ ਅਤੇ ਉੱਥੋਂ ਰਿਟਾਇਰ ਹੋਇਆ ਹੋਣਾ ਸੀ ਅਤੇ ਪਤਾ ਨਹੀਂ ਮੇਰਾ ਕੀ ਹੋਣਾ ਸੀ ਹਾਲ ਕੀ ਹੋਣਾ ਸੀ ਕਿਹੋ ਜਿਹਾ ਜੀਵਨ ਹੋਣਾ ਸੀ ਪਰ ਦੇਖ ਲਓ ਤੁਸੀਂ ਹੁਣ ਮੇਰੀ 76 ਸਾਲ ਦੀ ਉਮਰ ਹੋ ਗਈ ਹੈ ਇਹ ਮਹਾਂਪੁਰਸ਼ਾਂ ਦੀ ਮਿਹਰ ਦੀ ਨਜ਼ਰੀ ਹੈ ਨਾ ਅਜੇ ਵੀ ਕਾਰੇ ਲਾਇਆ ਹੋਇਆ ਹੈ ਇਸ ਤੋਂ ਵੱਧ ਆਪਾਂ ਕੀ ਲੈ ਸਕਦੇ ਹਾਂ ਹਮ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਵੇਖ ਲਓ ਕਿਵੇਂ ਕੰਮੇ ਲਾਇਆ ਹੋਇਆ ਹੈ ਇਹ ਹੈ ਸੰਤਾਂ ਦੀ ਇਹ ਹੈ ਮਿਹਰ ਦੀ ਨਜ਼ਰ ਇਹ ਮਹਾਰਾਜ ਨੇ ਪੌੜੀ ਵਿੱਚ ਸਾਰੀ ਖੇਡ ਇਹ ਦੱਸੀ ਹੈ ਦਾਸ ਨੇ ਸੰਖੇਪ ਵਿੱਚ ਆਪ ਜੀ ਨਾਲ ਸੰਤਾਂ ਦੀਆਂ ਕਥ ਕਹਾਣੀਆਂ ਹਨ ਕਥੜੀਆਂ ਸੰਤਾਂ ਸਿਖਾਊ ਪੰਧੀਆਂ ਰੱਬ ਦੇ ਪਿਆਰਿਆਂ ਦੀਆਂ ਸੰਤਾਂ ਦੀਆਂ ਗੱਲਾਂ ਸੁੱਖ ਦੇਣ ਵਾਲੀਆਂ ਸੁੱਖ ਦੇ ਮਾਰਗ 'ਤੇ ਪਾਉਣ ਵਾਲੀਆਂ ਚੰਗੀਆਂ ਲੱਗਦੀਆਂ ਹਨ ਜਦੋਂ ਕਿਤੇ ਕਰਨ ਲੱਗ ਪਈ ਇਹਨਾਂ ਨੂੰ ਦਾਸ ਦੇ ਕੋਲ ਕੋਈ ਆ ਜਾਵੇ ਕੋਈ ਰੱਬ ਦਾ ਪਿਆਰਾ ਰਾਤ ਰਹੇ ਤਾਂ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ ਇਹੀ ਗੱਲਾਂ ਕਰਦੇ ਹਾਂ ਮਹਾਂਪੁਰਸ਼ਾਂ ਦੀਆਂ ਗੱਲਾਂ ਕਰਦੇ ਹੀ ਲੰਘ ਜਾਂਦੀ ਪਤਾ ਹੀ ਨਹੀਂ ਹੁੰਦਾ ਟਾਈਮ ਦਾ ਔਰ ਜਿਹੜੇ ਮਹਾਰਾਜ ਨੇ ਇੱਥੇ ਇਹ ਗੱਲ ਕਹੀ ਹੈ ਨੌ ਨਿਤ ਨਾਮ ਦਾਨ ਗੁਰ ਕੈ ਸ਼ਬਦ ਹਾਰ ਨਾਮ ਵੀ ਬਖਸ਼ ਦਿੱਤਾ ਮਹਾਰਾਜ ਨੇ ਸੇਵਾ ਵੀ ਬਖਸ਼ ਦਿੱਤੀ ਵੇਖੋ ਦੋਨਾਂ ਗੱਲਾਂ ਦੇਤੀਆਂ ਅਤੇ ਨਾਲ ਦੁਨੀਆ ਦੇ ਜਿਹੜੇ ਪਦਾਰਥ ਹਨ ਉਹ ਵੀ ਖੁੱਲ੍ਹੇ ਬਖਸ਼ ਦਿੱਤੇ ਕੋਈ ਕਮੀ ਨਹੀਂ ਰਹਿ ਗਈ ਸਭ ਕੁਛ ਹੀ ਬਖਸ਼ ਦਿੱਤਾ ਇਹ ਸੰਤਾਂ ਦੀ ਸੰਗਤ ਦਾ ਫਲ ਹੈ ਦਾਸ ਨੇ ਕਿਸੇ ਦੀ ਬਾਹਰੀ ਸੁਣੀ ਸੁਣਾਈ ਉਦਾਹਰਣ ਨਹੀਂ ਦਿੱਤੀ ਆਪਣੀ ਉਦਾਹਰਣ ਇਸ ਲਈ ਦਿੱਤੀ ਹੈ ਕਿ ਇੱਥੋਂ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਤਰਲਾ ਲਿਆ ਕਰੀਏ ਕਿ ਸਾਨੂੰ ਵੀ ਕਿਤੇ ਸਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਰੱਬ ਦਾ ਪਿਆਰਾ ਕੋਈ ਮਿਲ ਜਾਵੇ ਜਿਹੜਾ ਸਾਡੇ ਜੀਵਨ ਨੂੰ ਬਦਲ ਦੇਵੇ ਮਿਲਣਾ ਉਹਦੀ ਕਿਰਪਾ ਦੇ ਨਾਲ ਹੈ ਦਾਸ ਦੇ ਪਿਤਾ ਜੀ ਕਹਿੰਦੇ ਹੁੰਦੇ ਸਨ ਟੀਚਰ ਰਿਟਾਇਰ ਹੋਏ ਸਨ ਉਹ ਕਹਿੰਦੇ ਸਨ ਮੇਰੇ ਮਨ 'ਚ ਆਉਂਦੀ ਹੈ ਕਿ ਜਿਹੜਾ ਬ੍ਰਹਮ ਗਿਆਨੀ ਹੈ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਇਹਦੇ ਦਰਸ਼ਨ ਕਦੋਂ ਹੋਣਗੇ ਜ਼ਿੰਦਗੀ 'ਚ ਮੈਨੂੰ ਕੋਈ ਪੂਰਨ ਸੰਤ ਬ੍ਰਹਮ ਗਿਆਨੀ ਦਾ ਮੈਂ ਪੂਰਨ ਸੰਤ ਵੇਖੋ ਖੇਡ ਵੇਖੋ ਪਰਮੇਸ਼ਰ ਦੀ ਅੰਮ੍ਰਿਤਸਰ ਕਿਸੇ ਕੰਮ ਗਏ ਸੀ ਦਰਬਾਰ ਸਾਹਿਬ ਜਾ ਕੇ ਥੋੜ੍ਹਾ ਸਮਾਂ ਮੌਕਾ ਮਿਲਿਆ ਉੱਥੇ ਦਰਸ਼ਨ ਕੀਤੇ ਕੀਰਤਨ ਸੁਣਿਆ ਆਪ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਕਿ ਮੈਂ ਅਰਦਾਸ ਕੀਤੀ ਉੱਥੇ ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮੈਨੂੰ ਕੋਈ ਜ਼ਿੰਦਗੀ 'ਚ ਪੂਰਨ ਸੰਤ ਮਿਲੇਗਾ ਇਹ ਉਹਨਾਂ ਦੀ ਖਾਸ ਸੀ ਅਤੇ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਮੈਂ ਪੂਰਨ ਸੰਤ ਉਹਨੂੰ ਮਿਲਾਂਗਾ ਜਿਹੜਾ ਘਰ ਆ ਕੇ ਮੈਨੂੰ ਦਰਸ਼ਨ ਦੇਵੇਗਾ
ਇਹ ਸਾਰੀਆਂ ਹੱਡੀਆਂ ਬੀਤੀਆਂ ਹੋਈਆਂ ਗੱਲਾਂ ਹਨ ਸਾਰੀਆਂ। ਦੇਖੋ ਜਿਹੜਾ ਘਰ ਆ ਕੇ ਦਰਸ਼ਨ ਦੇਵੇਗਾ ਉਹਨੂੰ ਮੈਂ ਬ੍ਰਹਮ ਗਿਆਨੀ ਮੰਨਾਂਗਾ। ਖੇਡ ਹੀ ਐਸੀ ਵਰਤੀ ਉਸੇ ਦਿਨ ਹੀ ਜਦੋਂ ਅਰਦਾਸ ਕਰਕੇ ਆਏ ਸੀ ਉਸ ਦਿਨ ਹੀ ਮਹਾਂਪੁਰਸ਼ ਖਡੂਰ ਸਾਹਿਬ ਆਏ ਹੋਏ ਸੀ। ਸਾਡੇ ਗੁਆਂਢ 'ਚ ਇੱਕ ਸਿੰਘ ਸੀਗਾ ਉਸ ਜਥੇ ਦੇ ਵਿੱਚ ਰਲਿਆ ਹੋਇਆ ਸੀ। ਉਹਨਾਂ ਦੇ ਘਰ ਆਏ ਸ਼ਾਮੀ, ਮੈਂ ਦਰਵਾਜ਼ੇ ਖੜ੍ਹਾ ਸੀ ਕਿਉਂਕਿ ਅਸੀਂ ਮਿਲ ਕੇ ਆਏ ਸੀ ਨਾ ਸੰਤਾਂ ਨੂੰ, ਪਛਾਣਦੇ ਤਾਂ ਸੀ। ਮੈਂ ਦਰਵਾਜ਼ੇ 'ਚ ਆਪਣੇ ਉੱਦਾਂ ਹੀ ਖੜ੍ਹਾ ਸੀ। ਜਦੋਂ ਵਾਪਸ ਮੁੜ ਲੱਗੇ ਦਾਸ ਨੇ ਕਹਿਤਾ ਮਹਾਂਪੁਰਸ਼ ਇੱਧਰ ਵੀ ਚਰਨ ਪਾ ਦਿਓ। ਸਾਰੇ ਸਿੰਘਾਂ ਨੂੰ 40-50 ਸਿੰਘੀ ਲੈ ਕੇ ਆ ਗਏ ਘਰ। ਫਾਦਰ ਸਾਹਿਬ ਮੇਰੇ ਸੌਂ ਗਏ ਸੀ ਉਸ ਵੇਲੇ। ਜਦੋਂ ਉਹਨਾਂ ਨੂੰ ਉਠਾਇਆ ਉਹਨਾਂ ਜਾ ਕੇ ਚਰਨ ਪਕੜ ਲਏ, ਪਰ ਉਹ ਇਸ ਗੱਲ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਮੈਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਗਏ। ਕਿਉਂਕਿ ਮੇਰੀ ਇਹ ਇੱਛਾ ਸੀ, ਬ੍ਰਹਮ ਗਿਆਨੀ ਉਹ ਹੁੰਦਾ ਜਿਹੜਾ ਜਦੋਂ ਸਾਡੀ ਇੱਛਾ ਹੋਵੇ ਸਾਡੇ ਘਰ ਆ ਕੇ ਸਾਨੂੰ ਦਰਸ਼ਨ ਦੇਵੇ। ਬ੍ਰਹਮ ਗਿਆਨੀ ਲੱਭਿਆ ਨਹੀਂ ਲੱਭਦੇ ਹੁੰਦੇ, ਇਹ ਵਿਸ਼ਵਾਸ ਹੈ। ਦੇਖ ਲਓ ਤੁਸੀਂ, ਜਦੋਂ ਇਹੋ ਜਿਹੀ ਵਿਸ਼ਵਾਸ ਬਣ ਜਾਵੇ ਫਿਰ ਪਰਮੇਸ਼ੁਰ ਆਪ ਬ੍ਰਹਮ ਗਿਆਨੀ ਨੂੰ, ਮਾਤਾ ਜੀਤ ਕੌਰ ਜੀ ਨੇ ਦਸਮ ਪਾਤਸ਼ਾਹ ਦੇ ਮਹਿਲਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ ਮੈਨੂੰ। ਦਸਮ ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਯਾਦ ਕਰੋ ਤੁਹਾਨੂੰ ਬ੍ਰਹਮ ਗਿਆਨੀ ਆਪ ਆ ਕੇ ਦਰਸ਼ਨ ਦੇਵੇਗਾ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੋਇਰ ਜੀ ਹੋਏ ਹਨ। ਰਾਮ ਕੋਇਰ ਜੀ, ਫਿਰ ਇਹਨਾਂ ਜਦੋਂ ਅੰਮ੍ਰਿਤ ਛਕਿਆ ਖੰਡੇ ਬਾਕੇ ਦਾ, ਇਹਨਾਂ ਦਾ ਨਾਮ ਹੀ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਜਿਨ੍ਹਾਂ ਨੇ ਇਹ ਸਾਰੇ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਹੈ ਸੁਣਾਈ ਹੈ। ਭਾਈ ਸੰਤੋਖ ਸਿੰਘ ਨੇ ਜਿੰਨੀ ਕਥਾ ਲਿਖੀ ਹੈ ਸੂਰਜ ਪ੍ਰਕਾਸ਼ ਦੀ, ਇਹ ਉਹਨਾਂ ਦੀ ਰਸਨਾ ਤੋਂ ਸੁਣ ਕੇ। ਜਿਹੜਾ ਨਾਨਕ ਪ੍ਰਕਾਸ਼ ਹੈ ਉਹਦੀ ਕਥਾ ਸਾਰੀ ਬਾਲਾ ਜੀ ਦੀ ਰਸਨਾ ਤੋਂ, ਅਤੇ ਇਹ ਸਾਰੀ ਕਥਾ ਭਾਈ ਰਾਮ ਕੋਇਰ ਜੀ ਦੀ ਰਸਨਾ ਤੋਂ ਸੁਣਾਈ ਹੈ। ਆਪ ਘਰ ਪਹੁੰਚ ਕੇ ਮਾਤਾ ਜੀ ਦੇ ਕੋਲ, ਆਪ ਫਿਰ ਮਾਤਾ ਜੀ ਨੇ ਸਮਝ ਲਈ ਸਾਰੀ ਗੱਲ, ਖੇਡਣ ਨੂੰ ਜਾਣ ਗਏ, ਉਹ ਵੀ ਬੜੀ ਉੱਚੀ ਅਵਸਥਾ ਦੇ ਸਨ। ਆਪ ਪ੍ਰਸ਼ਾਦਾ ਤਿਆਰ ਕਰਕੇ ਭਾਈ ਰਾਮ ਕੋਇਰ ਜੀ ਨੂੰ ਸਿਖਾਇਆ, ਨਿਹਾਲ ਕਰਤਾ ਉਹਨਾਂ ਨੇ। ਇਹ ਮਹਾਰਾਜ ਨੇ ਅੱਜ ਜਿਹੜੀ ਇਹ ਪੌੜੀ ਪੰਜਵੀਂ ਬਖਸ਼ਿਸ਼ ਕੀਤੀ ਹੈ ਨਾ ਸਾਨੂੰ ਇਸ ਵਾਰ ਦੀ, ਇਹ ਰੱਬ ਨਾਲ ਜੋੜਨ ਵਾਲੀ ਹੈ। ਕੋਈ ਮਹਾਤਮਾ ਪੁਰਸ਼ ਜੇ ਕੋਈ ਸਾਨੂੰ ਜੀਵਨ 'ਚ ਮਿਲ ਜਾਵੇ ਤਾਂ ਮਹਾਤਮਾ ਪੁਰਸ਼ ਕਿਤੇ ਜਾਂਦੇ ਨਹੀਂ, ਸਰੀਰ ਭਾਵੇਂ ਨਾ ਰਹੇ। ਅਸੀਂ ਸਰੀਰਕ ਤੌਰ ਦੇ ਉੱਤੇ 75 ਵਿੱਚ ਮੇਲ ਹੋਇਆ, 77 ਵਿੱਚ ਉਹਨਾਂ ਦਾ ਉਹ ਚੜ੍ਹਾਈ ਕਰਕੇ ਮੈਂ ਨਾਲ ਸੀ ਜਿਸ ਵੇਲੇ ਉਹਨਾਂ ਦਾ ਐਕਸੀਡੈਂਟ ਹੋਇਆ। 2 ਸਾਲ ਦੀ ਸੰਗਤ ਸਾਰੀ ਉਮਰ ਦੀ ਸੰਗਤ ਦਾ ਹੱਦੀ ਬਣ ਗਈ ਹੈ। ਔਰ ਜਦੋਂ ਮੈਂ ਕਥਾ ਕਰਨ ਵਾਸਤੇ ਇੱਥੇ ਬੈਠਦਾ ਹਾਂ ਤਾਂ ਮੈਂ ਉਹਨਾਂ ਨੂੰ ਯਾਦ ਕਰਕੇ ਕਥਾ ਸ਼ੁਰੂ ਕਰਦਾ, ਮਹਾਂਪੁਰਸ਼ਾਂ ਨੂੰ ਯਾਦ ਕਰਕੇ ਕਥਾ ਸ਼ੁਰੂ ਕਰਦਾ ਮੈਂ ਕਿ ਰਸਨਾ ਤਾਂ ਤੁਸੀਂ ਬੋਲੋ ਹੁਣ ਆਣ ਕੇ, ਕਿਉਂਕਿ ਥਾਪੜਾ ਉਹਨਾਂ ਨੇ ਦਿੱਤਾ ਸੀ ਨਾ, ਲਾਇਆ ਹੀ ਉਹਨਾਂ ਨੇ ਇਸ ਪਾਸੇ, ਇਸ ਕਰਕੇ ਇਹ ਸਭ ਉਹਨਾਂ ਦੀ ਮਿਹਰ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦੇ ਉੱਤੇ ਵੀ, ਆਪ ਵੀ ਮਹਾਂਪੁਰਸ਼ਾਂ ਦੇ ਦਰ ਨਾਲ ਜੁੜੇ ਹੋਏ ਹੋ, ਭਾਵਨਾ ਹੈ ਤੁਹਾਡੀ। ਦਾਸ ਦੀ ਅਰਦਾਸ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਗੁਰੂ ਦੇ ਨਾਲ ਜੁੜ ਜਾਓ ਜਿਵੇਂ ਦਾਸ ਨੂੰ ਪਰਿਵਾਰ ਦੇ ਸਮੇਤ ਸਤਿਗੁਰੂ ਜੀ ਨੇ ਜੋੜਿਆ ਹੋਇਆ, ਧਾਗੇ 'ਤੇ ਵੀ ਕਿਰਪਾ ਹੋ ਜਾਵੇ ਇਸ ਤਰ੍ਹਾਂ ਦੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, 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 ਵਾਹਿ ਵਾਹਿਗੁਰੂ, 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 ਵਾਹਿ
ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।